ਵਿੱਚੋਂ ਬਹੁਤ ਸੁਲਤਾਨਪੁਰੋਂ ਕਲਿੱਪ ਨਹੀਂ ਲਈ ਰਾਹ ਦੇ ਵਿੱਚ ਹਵਾ ਘੱਟ ਸੀ ਪਿਛਲੇ ਟਾਇਰ ਦੇ ਵਿੱਚ ਸਪਲੈਂਡਰ ਦੇ ਹੋਆ ਪੈ ਗਿਆ ਡੂੰਘਾ ਕਿਤੇ ਤੇ ਉਹਨੂੰ ਵੀਲ ਡੈਮੇਜ ਹੋ ਗਿਆ ਤੇ ਉਹਦਾ ਸਾਰਾ ਰਿਸਕ ਪੈ ਗਿਆ ਨਾ ਸਾਨੂੰ ਕੀ ਆ ਕਿ ਟੁੱਟ ਨਾ ਜਾਵੇ ਹੁਣ ਉਹ ਡੈਮੇਜ ਇੱਦਾਂ ਹੋਇਆ ਕਿ ਉਹ ਕਿੰਨਾ ਹੀ ਹੈ ਡੂੰਘਾ ਡੈਮੇਜ ਹੋਇਆ ਵਿੰਗਾ ਹੀ ਹੋ ਗਿਆ ਵਿੱਚੋਂ ਤੇ ਹੁਣ ਫਰਕ ਬਹੁਤ ਜ਼ਿਆਦਾ ਤੇ ਹੁਣ ਆਪਾਂ ਤੈਨੂੰ ਦਿਖਾ ਦਿੰਦਾ ਉਦਾਂ ਪਤਾ ਨਹੀਂ ਲੱਗਦਾ ਪਰ ਵਿੱਚੋਂ ਬਹੁਤ ਜ਼ਿਆਦਾ ਵਾ ਆਹ ਫਰੰਟ ਹੋ ਗਿਆ ਆਹ ਬੈਕ ਆਹ ਦੇ ਇੱਦਾਂ ਵੀ ਡੈਮੇਜ ਆ ਇੱਕ ਹੋਰ ਪਾਸੋਂ ਥੱਲੇ ਵੀ ਡੈਮੇਜ ਆ ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਸੁਲਤਾਨਪੁਰ ਪਤਾ ਨਹੀਂ ਕਿਹੜਾ ਸ਼ੋਰੂਮ ਆ ਅਤੇ ਤੁਹਾਨੂੰ ਉੱਥੇ ਮੈਂ ਨਾਮ ਵੀ ਦੇਖਦਾ ਜਾ ਕੇ ਦਿਖਾਉਂਦਾ ਉੱਥੋਂ ਆਪਾਂ ਲੋਏ ਪਾਉਂਦੇ ਹਾਂ ਇਸ ਜਿਹੜੇ ਲੇਟੈਸਟ ਨਹੀਂ ਆਉਂਦੇ ਜਿਹੜੀ ਵਾਈਟ ਧਾਰੀ ਜੀ ਆਉਂਦੀ ਨਾਲ ਸਿਲਵਰ ਕਲਰ ਦੇ ਉਹ ਮੈਂ ਦੇਖੇ ਮੈਂ ਕਿੰਨੇ ਦਿਨਾਂ ਦਾ ਦੇਖਣ ਡਿਆ ਕਿਹੜੇ ਪਾਵਾਂ ਕਿਹੜੇ ਪਾਵਾਂ ਸਾਰਿਆਂ ਨੇ ਬੜੇ ਪਾਏ ਹੋਏ ਸੀ ਪਰ ਮੈਨੂੰ ਸਿਲਵਰ ਬੜੇ ਵਧੀਆ ਲੱਗੇ ਹੁਣ ਆਪਾਂ ਉਹ ਟੈਸਟ ਅਤੇ ਬਹੁਤ ਜਣਾਂ ਦੇ ਦੇਖੇ ਹੋਏ ਮੈਂ ਮਤਲਬ ਉਹਨਾਂ 'ਚ ਗੈਪ ਘੱਟ ਆ ਜਿਹੜੇ ਬਾਕੀ ਨਹੀਂ ਇਸ ਜਿਹੜੇ ਪਹਿਲੇ ਆ ਬਲੈਕ ਹੈ ਨਾ ਉਹ ਵਾਲਿਆਂ 'ਚ ਗੈਪ ਬਹੁਤ ਜ਼ਿਆਦਾ ਅਤੇ ਉਹਨਾਂ ਦਾ ਟੁੱਟਣ ਦਾ ਮੈਂ ਬਹੁਤ ਜ਼ਿਆਦਾ ਚਾਂਸ ਦੇਖਿਆ ਮਤਲਬ ਹੱਦੋਂ ਵੱਧ ਦੇਖੇ ਵੀ ਹੋਏ ਟੁੱਟੇ ਤੜਦੇ ਵੀ ਦੇਖੇ ਹੋਏ ਆ ਤਰੇੜਾਂ ਵਾਲੇ ਵੀ ਦੇਖੇ ਹੋਏ ਆ ਅਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਚੱਲਦੇ ਅਤੇ ਉਹਨਾਂ ਦਾ ਰਿਵਿਊ ਕਰਾਈਏ ਨਾਲੇ ਸੁਲਤਾਨਪੁਰ ਮੱਥਾ ਟੇਕਾਈਏ ਨਾਲੇ ਉਹ ਕੌਣ ਆ ਅੱਜ ਦਾ ਵਲੋਗ ਆਪਣਾ ਇੱਥੇ ਹੀ ਆ ਆਪਾਂ ਤੁਹਾਨੂੰ ਦੱਸਿਆ ਸੀ ਜਿਹੜੇ ਤੁਸੀਂ ਪਿਛਲੀ ਇਹ ਤੋਂ ਕਲਿੱਪ ਦੇਖੀ ਹੋਣੀ ਆ ਉਹਦੇ ਵਿੱਚ ਤੁਹਾਨੂੰ ਸੜਕਾਂ ਦਿਖੀਆਂ ਹੋਣੀਆਂ ਵਾ ਥੋੜ੍ਹੇ ਵਿੱਚ ਟੋਏ ਦਿਖੇ ਹੋਣੇ ਆ ਉਹ ਟੋਏ ਨਿੱਕੇ ਮੋਟੇ ਇਹੋ ਜਿਹੇ ਟੋਏ ਨਹੀਂ ਉਹ ਬਹੁਤ ਡੂੰਘੇ ਟੋਏ ਸੀਗੇ ਸੋ ਸਿਲੈਕਟ ਆਪਾਂ ਮੁੰਡਿਓ ਆਹ ਵਾਲੇ ਕੀਤੇ ਸੀ ਆਹ ਵਾਲੇ ਇਹ ਸ਼ੇਡ ਆਉਂਦੇ ਆ ਭਾਈ ਆਹ ਚੀਜ਼ ਨਹੀਂ ਆਉਣੀ ਉਹ 'ਚ ਆਹ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਸੇਮ ਹੀ ਉਹੀ ਚਾਹੀਦਾ ਭਾਈ ਯਾਰ ਮਤਲਬ ਜਿੱਦਾਂ ਆਹ ਸ਼ੇਡ ਆ ਨਾ ਜਿਹੜੀ ਇਹ ਹੈਗੀ ਇਹ ਬਾਹਰ ਨੂੰ ਉਹ ਹੈਗੀ ਉਹਦੀ ਵੀ ਬਾਹਰ ਨੂੰ ਆ ਇਹ ਚਮਕੀਲੀ ਨਹੀਂ ਆ ਸੇਮ ਇਹ ਆਹ ਲੇਅਰ ਹੀ ਆ ਉਹਦੇ ਵਿੱਚ ਹੈਗੀ ਆ ਚਮਕੀਲੀ ਆ ਪਾ ਕੇ ਪਤਾ ਲੱਗੂ ਕਿੱਦਾਂ ਲੱਗਦੇ ਆ ਜਾਣਾ ਜੀ ਅਤੇ ਬਾਕੀ ਬਾਬਿਓ ਆਪਾਂ ਪਾ ਕੇ ਦੇਖਦੇ ਹਾਂ ਇੱਕ ਵਾਰੀ ਦੇਖਣੇ ਆ ਉਹ ਵਾਲਾ ਲੋਏ ਦਾ ਵੀ ਦੇਖਣਾ ਹਿਸਾਬ ਕਿਤਾਬ ਉਹ ਵਿੱਚ ਦੇਣੇ ਆਪਾਂ ਇੱਦਾਂ ਹੀ ਰੱਖਣਾ ਸੇਮ ਹੀ ਇਹਦਾ ਕੀ ਪ੍ਰਾਈਜ਼ ਆ ਬਾਈ ਬਾਈ ਉਹ ਵੇਚੀ ਦੇਣੇ ਆਪਾਂ ਅਜੇ ਮੇਰੇ ਯਾਰ ਦੁਬਾਰਾ ਨਿਊ ਚੈਨਲ ਕੀਤਾ ਪਹਿਲਾਂ ਕੀਤੀ ਹੋਈ ਸੀਗੀ ਫਰੰਟ ਦੀ ਓਵਰਆਲ ਲੁੱਕ ਚੈੱਕ ਕਰੋ ਇੱਦਾਂ ਦੀ ਆ ਰਹੀ ਆ ਸਿਸਟਮ ਸਿਰ ਲੁੱਕ ਐਂ ਘੈਂਟ ਆ ਰਹੀ ਆ ਦੂਜੇ 'ਚ ਨਹੀਂ ਪਤਾ ਲੱਗਣਾ ਉਹ ਵੱਡੀ ਹਾਪੜੇ ਹੋਣੇ ਆ ਉਹ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਵਾ ਹੁਣ ਆਪਾਂ ਤੁਹਾਨੂੰ ਪੂਰੀ ਲੁੱਕ ਦਿਖਾਉਂਦੇ ਹਾਂ ਉਹ ਬੈਕ ਖੜਾ ਸਪਲੈਂਡਰ ਪੂਰਾ ਰੈਡੀ ਸ਼ੈਡੀ ਹੋ ਗਏ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਜਿਹੜੇ ਪਹਿਲੇ ਲਾਏ ਸੀ ਉਹ ਜ਼ਿਆਦਾ ਗਏ ਨੇਗੇ ਬਾਕੀ ਉਹ ਨਿੱਕਾ ਜਿਹਾ ਡੈਮੇਜ ਸੀ ਉਹਦੇ ਵਿੱਚ ਬਾਕੀ ਤੁਹਾਨੂੰ ਦਿਖਾ ਦਿੰਦੇ ਉਹ ਵੀ ਚੱਲਦੇ ਆ ਸਿਰਾ ਗੱਲਬਾਤ ਦੇ ਦੀ ਆ ਜਿਹੜੇ ਨਵੇਂ ਮਸੜੀ ਉਹ ਵੀ ਸੁਜੈਸਟ ਕਰਦੇ ਮਨਾ ਨਹੀਂ ਕਰਦੇ ਪਰ ਜਿਹਨਾਂ ਦਾ ਸ਼ੌਂਕ ਆ ਪਰ ਪੁਰਾਣੇ ਇਹੀ ਚੱਲਦੇ ਆ ਗੱਲਬਾਤ ਇਹਨਾਂ ਦੀ ਆ ਉਹਨਾਂ 'ਚ ਇੱਦਾਂ ਵਾ ਗੈਪ ਜ਼ਿਆਦਾ ਲੱਗਦਾ ਮੈਨੂੰ ਬਾਕੀ ਤੁਹਾਡੇ ਹਿਸਾਬ ਨਾਲ ਜਿਹਨਾਂ ਬੰਦਿਆਂ ਨੂੰ ਉਹ ਪਸੰਦ ਆ ਉਹਨਾਂ ਨੇ ਤਾਂ ਉਹੀ ਪਾਉਣੇ ਆਪਾਂ ਆਪਦੀ ਪਸੰਦ ਦੱਸਣ ਡੇ ਹਾਂ ਗੈਪ ਆ ਗਿਆ ਅਦੇ ਅਤੇ ਹੁਣ ਆਪਾਂ ਸਾਰਾ ਕੁਛ ਡਨ ਕਰਕੇ ਨਿਕਲੀਏ ਅਤੇ ਸਮਾਨ ਰੱਖੀਏ ਜਿਹੜੇ ਪਹਿਲੇ ਲਏ ਸੀ ਆਪਾਂ ਨਾਲ ਹੀ ਲੈ ਕੇ ਜਾਣੇ ਆ ਅਤੇ ਦੇਖਾਂਗੇ ਜੇ ਕਿਸੇ ਨੇ ਲੈਣੇ ਹੋਏ ਦੱਸਿਓ ਜ਼ਰੂਰ ਮੇਰੇ ਤੋਂ ਪਏ ਆ ਓਰੀਜਨਲ ਆ ਸੋਲਾਂ ਮਾਡਲ ਦੇ ਜੇ ਲੈਣੇ ਹੋਏ ਦੱਸ ਦਿਓ ਪਰ ਟਿਊਬ ਪੈਣੀ ਉਹਨੂੰ ਇੰਨਾ ਮੈਂ ਦੱਸ ਦਿੰਦਾ ਵਾਂ ਠੀਕ ਆ ਹੁਣ ਆਪਾਂ ਅੱਜ ਤੂੰ ਰਸ ਪੀ ਗਏ ਵੇ ਚੱਲਦੇ ਹਾਂ ਪਿੰਡ ਅਤੇ ਆਹ ਜਿਹੜੇ ਪਹਿਲੇ ਲੋਏ ਹੈ ਨਾ ਉਹਨਾਂ ਦਾ ਜੁਗਾੜ ਦੇਖਦੇ ਹਾਂ ਕਰਕੇ ਕੋਈ ਜੇ ਉਹਨਾਂ ਦਾ ਜੁਗਾੜ ਹੁੰਦਾ ਹੋਇਆ ਤਾਂ ਠੀਕ ਆ ਅਤੇ ਜੇ ਕਿਸੇ ਨੇ ਲੈਣੇ ਆ ਤਾਂ ਵੀ ਦੱਸ ਦਿਓ ਮੈਂ ਵੈਸੇ ਤਾਂ ਸਹੀ ਕਰਾਉਣ ਦੀ ਕੋਸ਼ਿਸ਼ ਕਰੂੰਗਾ ਉਹ ਵਧੀਆ ਲਿਆਉਂਦੇ ਮੈਂ ਨਾਲ ਹੀ ਅਤੇ ਬਾਕੀ ਸਹੀ ਕਰਾਉਣ ਦੀ ਕੋਸ਼ਿਸ਼ ਕਰੂੰਗਾ ਜੇ ਹੋ ਗਏ ਠੀਕ ਆ ਨਹੀਂ ਤਾਂ ਫਿਰ ਇਹ ਨੋਰਮਲ ਰੇਟ 'ਤੇ ਜਾਊਗੇ ਨੋਰਮਲ ਰੇਟ ਤੁਹਾਨੂੰ ਪਤਾ ਹੀ ਆ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ ਆਪਾਂ ਨੂੰ ਇੱਕ ਵਾਰੀ ਮਿਲਖਾ ਚਾਹਲ ਆਈ ਡੀ ਆ ਆਪਾਂ ਉਹਦੇ ਉੱਤੇ ਰੀਲ ਡੇਲੀ ਅਪਲੋਡ ਕਰੀਦੇ ਹੀ ਰਹੀਦੇ ਆ ਜਾਂ ਪੋਸਟ ਜਾਂ ਸਟੋਰੀ ਸਟੋਰੀ ਤਾਂ ਹਮੇਸ਼ਾ ਆਪਾਂ ਉਹ ਤਾਂ ਔਨਲਾਈਨ ਹੀ ਰਹੀਦਾ 24 ਘੰਟੇ
ਅਗਲਾ ਦਿਨ ਆ ਗਿਆ ਆਪਾਂ ਵਲੌਗ ਐਂਡ ਨਹੀਂ ਕੀਤਾ ਘਰੇ ਜਾ ਕੇ ਆਪਾਂ ਅਗਲੇ ਦਿਨ ਸਿੱਧਾ ਆ ਗਏ ਸੁਲਤਾਨਪੁਰ ਕਿਉਂਕਿ ਨੈਕਸਟ ਡੇ ਹੀ ਆਪਣਾ ਸੰਡੇ ਦਾ ਅਤੇ ਸੰਡੇ ਤੁਹਾਨੂੰ ਪਤਾ ਰੈਗੂਲਰ ਆਪਾਂ ਇੱਥੇ ਆਈਦਾ ਆ ਦਰਬਾਰ ਸਾਹਿਬ ਸੇਵਾ ਕਰਨ ਮੱਥਾ ਟੇਕਣ ਸੇਵਾ ਤਾਂ ਅੱਜ ਚੰਗੀ ਮਿਲੀ ਸਾਨੂੰ ਬਾਬੇ ਨੇ ਦੇਖ ਹੀ ਲਿਆ ਕਿਸੇ ਦਾ ਡੀਕੇ ਆਏ ਅਤੇ ਚਲੋ ਜੀ ਹੁਣ ਆਪਾਂ ਛਕੀਏ ਪ੍ਰਸ਼ਾਦਾ ਅਤੇ ਟਾਈਮ ਬਹੁਤ ਹੋ ਗਿਆ ਭੁੱਖ ਲੱਗੀ ਹੋਈ ਆ ਅਤੇ ਸੌਖ ਨਾਲ ਰੰਗ ਵੀ ਹੋਰ ਕਾਲੇ ਹੋ ਗਏ ਆ ਆਹ ਨਹੀਂ ਕਾਲਾ ਹੁੰਦਾ ਅਸੀਂ ਹੋਈ ਜਾਂਦੇ ਹਾਂ ਧੁੱਪ ਬਹੁਤ ਜ਼ਿਆਦਾ ਹੋ ਗਈ ਇੱਕਦਮ ਗਰਮੀ ਹੋ ਗਈ ਹੈ ਇੱਕਦਮ ਚਲੋ ਪ੍ਰਸ਼ਾਦਾ ਚੱਕੀਏ ਬਾਬਿਓ ਅਤੇ ਫਿਰ ਚੱਲਦੇ ਹਾਂ ਹੁਣ ਦਿਖਾਉਂਦੇ ਹਾਂ ਅਗਲਾ ਸੀਨ ਸੇਵਾ ਕਰ ਰਿਹਾ ਜੀ ਉਹਦੇ ਉਹ ਉਹ ਬੰਦੇ ਨੇ ਸਾਰੇ ਬੋਰੇ ਰੱਖੇ ਆ ਨਹੀਂ ਸਾਰੇ ਲਾਉਣੇ ਹਜੇ ਥੱਲੇ ਅੱਜ ਬਾਬੇ ਨੇ ਆਪਾਂ ਨੂੰ ਲੰਗਰਹਾਰ ਦੇ ਉੱਤੇ ਚੜ੍ਹਾ ਤਾ ਵਾ ਇਸ ਸੇਵਾ 'ਤੇ ਸਿਰਾ ਕਰਾਉਂਦੇ ਇਹਦੇ ਵਿਊ ਦੇਖੋ ਉੱਪਰੋਂ ਕਿੰਨਾ ਗਾਡਰ ਆ ਰਿਹਾ ਉਹ ਕਿਸ਼ਤ 'ਚ ਹੂੜਾ ਲੈਣਾ ਆਪਾਂ ਹੈਂ ਦਊਗੇ ਉਹ ਆਹੋ ਆਪਾਂ ਨੂੰ ਤਾਂ ਦਊਗੇ ਦਊਗੇ ਸਾਡਾ ਕੰਮ ਤਾਂ ਆ ਆ ਕੁੱਟ ਜਲਦੀ ਕਰ ਕੁੱਟ ਉਹ ਵਿਹਲੀ ਆ ਕਿੰਨਾ ਛੇਤੀ ਭੰਨ ਲਓ ਥੋੜੇ ਬਣਦੇ ਆ ਆਪਣੀਆਂ ਕਿੰਨੀਆਂ ਆ ਚਾਰ ਭਰੇ ਆ ਉਹ ਕੁੱਟ ਕੁੱਟ ਕੇ ਉਹ ਸੈੱਟ ਤੇਰੀ ਕਰ ਹਮੂ ਉਹਦੇ ਵਿੱਚ ਜਿਹੜੇ ਤੈਨੂੰ ਕਿਹਾ ਸੀ ਇਹਦੀ ਪਾਰਟੀ ਮਾਰ ਚੱਲਦੇ ਆ ਇੱਥੇ ਬੈਂਟ ਲੈਣੀ ਮੁੰਡੇ ਦੀ ਅਤੇ ਬੈਂਟ ਲੈ ਕੇ ਫਿਰ ਚੱਲਦੇ ਪੈਂਟ ਥੋੜ੍ਹਾ ਲੇਟ ਹੋ ਗਿਆ ਸ਼ਾਮੀ ਤੁਰੇ ਸੀ ਤਾਂ ਕਰਕੇ ਹਨੇਰਾ ਹੋ ਗਿਆ ਨਹੀਂ ਤਾਂ ਇਹਨਾਂ ਹਨੇਰਾ ਨਹੀਂ ਹੋਣਾ ਬਾਕੀ ਦੇਖਦੇ ਹਾਂ ਇੱਥੋਂ ਬੈਂਟ ਲੈ ਲਈਏ ਨੋਰਮਲ ਜੀ ਅਤੇ ਫਿਰ ਨਿਕਲਦੇ ਜ਼ਰੂਰੀ ਚਾਹੀਦੀ ਆ ਯਾਰ ਕੱਲ੍ਹ ਨੂੰ ਜਾਣਾ ਮੁੰਡੇ ਨੇ ਕਿਤੇ ਕੰਮ 'ਤੇ ਤਾਂ ਕਰਕੇ ਹੈ ਉਹ ਵਾਲੇ ਤੋਂ ਲੈ ਲਈਏ ਇੱਥੋਂ ਪਰ ਉਹ ਲੈ ਇੱਥੋਂ ਲੈ ਸਾਲੇ ਇੱਥੋਂ ਲੈਂਦੇ ਆਪਾਂ ਆਪਾਂ ਨੂੰ ਕੀ ਆ ਬੈਲਟ ਬੈਲਟਾਂ ਉਹ ਖਾਣੇ ਆ ਦੁਨੀਆ ਉੱਦਾਂ ਚੜ੍ਹ ਨੂੰ ਫਿਰਦੀ ਆਹ ਦੇਖ ਲਓ ਰਾਤ ਨੂੰ ਮੁੰਡੇ ਦੀ ਬੈਲਟ ਲੈਣ ਕਪੂਰਥਲੇ ਆ ਉਹ ਨਜ਼ਾਰੇ ਬਹੁਤ ਯਾਰ ਰਾਤ ਨੂੰ ਕਿਤੇ ਜਗਮਗ ਜਗਮਗ ਹੋਈ ਪਈ ਆ ਗੱਲਾਂ ਬਾਤਾਂ ਹੀ ਵੱਖਰੀਆਂ ਭਾਈ ਪੈਸੇ ਲੈਣ ਗਿਆ ਭਾਈ ਨੂੰ ਆਣਦੇ ਆ ਗਏ ਕਰ ਅਤੇ ਟ੍ਰੈਫਿਕ ਬਹੁਤ ਹੀ ਲੇਟ ਜ਼ਿਆਦਾ ਹੋ ਗਏ ਉਹ ਖਾ ਪੀ ਓਏ ਦਾਦਾ ਬੈਲ ਦੇ ਸੈਲ ਕੱਢਣੇ ਬਣੇ ਆ ਹੋਰ ਕੋਈ ਨਹੀਂ ਦੱਸਦਾ ਸੋ ਅੱਜ ਦਾ ਵਲੌਗ ਆਪਣਾ ਇੱਥੇ ਐਂਡ ਕਰਦੇ ਹਾਂ ਪਰਸੋਂ ਦਾ ਵਲੌਗ ਚੱਲਣ ਡਿਆ ਅੱਜ ਆਪਾਂ ਐਂਡ ਕਰਨ ਲੱਗੇ ਹਾਂ ਸੋ ਨੂੰ ਇੰਜੋਏ ਕਰੋ ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ ਮੈਂ ਵਲੌਗ 'ਚ ਕਿੰਨੀ ਵਾਰੀ ਕੈਸਟ ਆ ਵਾਂ ਅਤੇ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਆਪਣੇ ਡੇਲੀ ਦੇ ਵਲੌਗ ਤਾਂ ਨਹੀਂ ਆਉਂਦੇ ਰਹਿਣਗੇ ਜਦੋਂ ਜਦੋਂ ਟਾਈਮ ਲੱਗਾ ਮੈਨੂੰ ਉਦੋਂ ਉਦੋਂ ਵਲੌਗ ਪਾਉਂਦਾ ਰਹੂੰਗਾ ਅਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੰਗਾ ਟਾਟਾ ਬਾਏ ਬਾਏ